ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਜੀ ਸੂਬੇ ਪੰਜਾਬ ਦੀਆਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਇਸ ਵੀਡੀਓ ਦੇ ਵਿੱਚ ਸੂਬੇ ਪੰਜਾਬ ਦੀ ਹਰ ਨਿੱਕੀ ਅਤੇ ਵੱਡੀ ਖਬਰ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਜੀ ਤੁਹਾਨੂੰ ਰਿਕੁਐਸਟ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਦੇ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਕੋਈ ਵੀ ਖਬਰ ਮਿਸ ਨਾ ਹੋਵੇ ਸ਼ੁਰੂਆਤ ਕਰਦੇ ਹਾਂ ਜੀ ਸ੍ਰੀ ਗੁਰੂ ਅਮਰਦਾਸ ਜੀ ਦੀ ਸਮੁੱਚੀ ਮਾਨਵਤਾ ਨੂੰ ਬਹੁਤ ਵੱਡੀ ਦੇਣ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਕਥਾ ਕਰਨ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਪਾਵਨ ਪ੍ਰਕਾਸ਼ ਪੂਰਬ ਦੀਆਂ ਦੇਸ਼ ਵਿਦੇਸ਼ ਦੀਆਂ ਵਸਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਗਲੀ ਖਬਰ ਆ ਰਹੀ ਹੈ ਜੀ ਆਈਟੀ ਬੀਪੀ ਦੇ ਹੁਣ ਤੱਕ 45 ਜਵਾਨ ਨਿਕਲੇ ਕਰੋਨਾ ਪੋਜ਼ਿਟਿਵ ਭਾਰਤ ਤਿੱਬਤ ਬਾਰਡਰ ਪੁਲਿਸ ਦੇ 45 ਜਵਾਨ ਕਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ ਉਹਨਾਂ ਦੇ ਸੰਪਰਕ ਦੇ ਵਿੱਚ ਆਉਣ ਵਾਲੇ 76 ਜਵਾਨਾਂ ਨੂੰ ਆਈਟੀਬੀਪੀ ਦੇ ਸ਼ਾਵਲਾ ਕੈਂਪ ਦੇ ਵਿੱਚ ਕੁਐਂਟਾਈਨ ਕਰ ਦਿੱਤਾ ਗਿਆ ਹੈ ਅਗਲੀ ਖਬਰ ਆ ਰਹੀ ਹੈ ਜੀ ਸਿੱਧੂ ਮੂਸੇਵਾਲਾ ਦੀ ਇੱਕ ਹੋਰ ਫਾਇਰਿੰਗ ਕਰਦੇ ਦੀ ਵੀਡੀਓ ਹੋਈ ਵਾਇਰਲ ਕੇਸ ਦਰਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਇੱਕ ਹੋਰ ਫਾਇਰਿੰਗ ਮਾਮਲੇ ਚ ਕੇਸ ਦਰਜ ਹੋਇਆ ਹੈ ਅਸਲ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਸੋਸ਼ਲ ਮੀਡੀਆ ਤੇ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਪਹਿਲਾਂ ਪੁਲਿਸ ਰੇਂਜ ਲੱਠਾ ਕੋਠੀ ਚੋਂ ਫਾਇਰਿੰਗ ਕਰ ਰਿਹਾ ਹੈ ਜਿਸ ਦੇ ਵਾਇਰਲ ਹੋਣ ਤੋਂ ਬਾਅਦ ਧੂਰੀ ਪੁਲਿਸ ਨੇ ਸਿੱਧੂ ਮੂਸੇਵਾਲੇ ਤੇ ਕੇਸ ਦਰਜ ਕਰ ਲਿਆ ਤੇ ਬੀਤੇ ਕੁਝ ਦਿਨ ਪਹਿਲਾਂ ਵੀ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਵੀਡੀਓ ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਪਿੰਡ ਬੱਬਰ ਦੇ ਵਿੱਚ ਫਾਇਰਿੰਗ ਰੇਂਜ ਦੇ ਵਿੱਚ ਉਸ ਨੂੰ AK ਚਲਾਉਣ ਦੀ ਟ੍ਰੇਨਿੰਗ ਦੇ ਰਹੇ ਹਨ ਅਗਲੀ ਖਬਰ ਆ ਰਹੀ ਹੈ ਜੀ ਹੁਣ ਪਿਆਕੜਾਂ ਨੂੰ ਝਟਕੇ ਦੀ ਤਿਆਰੀ ਪੰਜਾਬ ਚ ਸ਼ਰਾਬ ਮਹਿੰਗੀ ਸੋ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਪੰਜਾਬ ਸਰਕਾਰ ਨੇ ਮਾਲੀਆ ਵਧਾਉਣ ਦੇ ਚੱਕਰ ਦੇ ਵਿੱਚ 7 ਮਈ ਤੋਂ ਸ਼ਰਾਬ ਦੀ ਵਿਕਰੀ ਨੂੰ ਹਰੀ ਝੰਡੀ ਦੇ ਦਿੱਤੀ ਆ ਇਸ ਦੇ ਨਾਲ ਹੀ ਸ਼ਰਾਬ ਦੇ ਉੱਪਰ ਵਾਧੂ ਕਰੋਨਾ ਸੈਸ ਲਾਉਣ ਦੇ ਬਾਰੇ ਵੀ ਸੋਚ ਰਹੀ ਹੈ ਜੇਕਰ ਅਦੇਹਾ ਹੁੰਦਾ ਤਾਂ ਲੋਕਾਂ ਨੂੰ ਪ੍ਰਤੀ ਬੋਤਲ 50 ਤੋਂ 100 ਰੁਪਏ ਤੱਕ ਵੱਧ ਖਰਚਣੇ ਪੈਣਗੇ ਅਗਲੀ ਖਬਰ ਆ ਰਹੀ ਹੈ ਜੀ ਪੀਐਮ ਮੋਦੀ ਨੇ ਦਿੱਤੀ ਖੁਸ਼ਖਬਰੀ ਭਾਰਤ ਚੂ ਕੋਰੋਨਾ ਦੇ ਟਾਕਰੇ ਦੇ ਲਈ 30 ਵੈਕਸੀਨ ਟ੍ਰਾਇਲ ਪੜਾਅ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਕੋਰੋਨਾ ਵਾਇਰਸ ਦੀ ਦਵਾਈ ਤੇ ਟੀਕੇ ਦੀ ਖੋਜ ਦਾ ਕੰਮ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਹੈ ਹੁਣ ਤੱਕ ਕੋਈ ਵੀ ਦੇਸ਼ ਇਸ ਵਿੱਚ ਸਫਲ ਨਹੀਂ ਹੋ ਸਕਿਆ ਤੇ ਕੋਰੋਨਾ ਦੇ ਵੱਧ ਰਹੇ ਸੰਕਟ ਦੇ ਵਿੱਚਕਾਰ ਇੱਕ ਚੰਗੀ ਖਬਰ ਸਾਹਮਣੇ ਆਈ ਹੈ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਪਾਸੇ ਚੱਲ ਰਹੇ ਯਤਨਾਂ ਦੀ ਵਿਸਥਾਰ ਦੇ ਨਾਲ ਸਮੀਖਿਆ ਕੀਤੀ ਅਤੇ ਦੱਸਿਆ ਹੈ ਕਿ ਭਾਰਤ ਦੇ ਵਿੱਚ 30 ਤੋਂ ਵੱਧ ਵੈਕਸੀਨ ਤਕਰੀਬਨ ਤਿਆਰ ਹਨ ਤੇ ਇਹਨਾਂ ਦੇ ਵਿੱਚੋਂ ਕੁਝ ਟ੍ਰਾਇਲ ਸਟੇਜ ਤੇ ਉੱਤੇ ਹਨ ਅਗਲੀ ਖਬਰ ਆ ਰਹੀ ਹੈ ਜੀ ਲਾਕਡਾਊਨ ਦੇ ਵਿੱਚ ਸਰਕਾਰੀ ਕਰਮਚਾਰੀਆਂ ਨੂੰ ਝਟਕਾ ਪੀਐਫ ਦੀਆਂ ਵਿਆਜ ਦਰਾਂ 'ਚ ਕਟੌਤੀ ਸਰਕਾਰ ਨੇ ਜਰਨਲ ਪ੍ਰੋਵੀਡੈਂਟ ਫੰਡ ਯਾਨੀ ਕਿ ਜੀਪੀਐਫ ਦੇ ਬਾਰੇ ਵੱਡਾ ਐਲਾਨ ਕਰਦਿਆਂ ਨਵੇਂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਯਾਨੀ ਕਿ ਅਪ੍ਰੈਲ ਤੋਂ ਜੂਨ ਦੇ ਤੱਕ ਦੀਆਂ ਵਿਆਜ ਦਰਾਂ ਘਟਾ ਦਿੱਤੀਆਂ ਹਨ ਦੱਸਿਆ ਗਿਆ ਹੈ ਕਿ 1 ਅਪ੍ਰੈਲ 2020 ਤੋਂ 30 ਜੂਨ 2020 ਤੱਕ ਜੀਪੀਐਫ ਫੰਡਾਂ ਤੇ 7.1% ਵਿਆਜ ਦਿੱਤਾ ਜਾਵੇਗਾ ਜੋ ਪਹਿਲਾਂ 7.9 ਨਿਰਧਾਰਤ ਕੀਤਾ ਗਿਆ ਸੀ ਅਗਲੀ ਖਬਰ ਆ ਰਹੀ ਹੈ ਜੀ ਕੋਵਿਡ-19 ਭਾਰਤ ਦੇ ਵਿੱਚ 86% ਲੋਕਾਂ ਨੂੰ ਆਪਰੀ ਨੌਕਰੀ ਜਾਣ ਦਾ ਡਰ ਐਸੋ ਵਾਇਰਸ ਦੇ ਕਾਰਨ ਸਿਟਿੰਗ ਨੌਕਰੀਆਂ ਤੇ ਵੀ ਪੈਣਾ ਸ਼ੁਰੂ ਹੋ ਗਿਆ ਜੀ ਇੱਕ ਸਰਵੇਖਣ ਦੇ ਵਿੱਚ ਦੇਸ਼ ਦੇ ਵਿੱਚ 86% ਲੋਕਾਂ ਦੀਆਂ ਨੌਕਰੀਆਂ ਜਾਂ ਰੋਜ਼ੀ-ਰੋਟੀ ਗੁਆਣ ਦਾ ਜੋਖਮ ਆ ਇਸ ਸਮੇਂ 84% ਲੋਕ ਮੰਨਦੇ ਹਨ ਕਿ ਵਾਇਰਸ ਅਜੇ ਸ਼ੁਰੂਆਤੀ ਪੜਾਅ ਦੇ ਵਿੱਚ ਹੈ ਆਉਣ ਵਾਲਾ ਸਮਾਂ ਹੋਰ ਖਤਰਨਾਕ ਹੋਵੇਗਾ ਇਹ ਗੱਲ ਬ੍ਰਿਟਿਸ਼ ਰਿਸਰਚ ਕੰਪਨੀ ਕੌਰ ਸਭੀ 61 ਸਟਰ ਗਰੁੱਪ ਤੋਂ 3 ਤੀ 23 ਤੋਂ 27 ਅਪ੍ਰੈਲ ਦੇ ਤੱਕ ਇੱਕ ਆਨਲਾਈਨ ਸਰਵੇਖਣ ਦੇ ਵਿੱਚ ਸਾਹਮਣੇ ਆਈ ਆ। ਸੋ ਅਗਲੀ ਖਬਰ ਆ ਰਹੀ ਆ ਜੀ ਦਿੱਲੀ ਤੋਂ ਜਿੱਥੇ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਵਾਉਣ ਨੂੰ ਲੈ ਕੇ ਹਾਈ ਕੋਰਟ ਵਿੱਚ ਪਟੀਸ਼ਨ ਸੋ ਦਿੱਲੀ ਦੇ ਵਿੱਚ ਸ਼ਰਾਬ ਦੀਆਂ ਦੁਕਾਨਾਂ ਬੰਦ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਆ ਤੇ ਪਟੀਸ਼ਨ ਦੇ ਵਿੱਚ ਕਿਹਾ ਗਿਆ ਹੈ ਤਾਲਾਬੰਦੀ ਦਾ ਉਦੇਸ਼ ਸ਼ਰਾਬ ਦੀਆਂ ਦੁਕਾਨਾਂ ਖੋਲਣ ਦੇ ਨਾਲ ਅਸਫਲ ਹੋ ਰਿਹਾ ਹੈ ਹਾਈ ਕੋਰਟ ਨੂੰ ਇਸ ਪਟੀਸ਼ਨ ਦੀ ਇਸੇ ਹਫਤੇ ਸੁਣਵਾਈ ਕਰੇਗਾ ਸੋ ਇਹ ਪਟੀਸ਼ਨ ਸੇਫਟੀ ਸਿਵਲ ਸੇਫਟੀ ਕਾਉਂਸਲ ਆਫ ਇੰਡੀਆ ਨਾਮਕ ਇੱਕ ਐਨ ਜੀਓ ਦੇ ਦੁਆਰਾ ਧਾਰਿਤ ਕੀਤੀ ਗਈ ਹੈ ਦੁਕਾਨਾਂ ਤੋਂ ਭੀੜ ਘਟਾਉਣ ਨੂੰ ਕਿਹਾ ਤਾਂ ਕੀਤਾ ਹਮਲਾ ਮੁਲਜ਼ਮ ਖਿਲਾਫ ਕੇਸ ਦਰਜ ਪਿੰਡ ਪੱਕਾ ਕਿਲਾ ਚਭਾਲ ਦੇ ਵਿਖੇ ਦੁਕਾਨ ਤੋਂ ਢੀਡ ਘਟਾਉਣ ਦੇ ਲਈ ਕਿਹਾ ਤਾਂ ਦਾਤਰ ਦੇ ਨਾਲ ਹਮਲਾ ਕਰਕੇ ਇੱਕ ਵਿਅਕਤੀ ਦੀ ਉਂਗਲ ਵੱਢ ਦਿੱਤੀ ਇਸ ਸਬੰਧੀ ਥਾਣਾ ਚੁਬਾਲ ਦੀ ਪੁਲਿਸ ਨੇ ਮੁੱਲਜ਼ਮ ਦੇ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹੁਣ ਭਾਰਤ ਦੇ ਵਿੱਚ ਲੱਗ ਸਕਦਾ ਹੈ ਪੈਟਰੋਲ ਤੇ ਡੀਜ਼ਲ ਦੇ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਟੈਕਸ ਕੇਂਦਰ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਤੇ ਟੈਕਸ ਵਧਾ ਦਿੱਤਾ ਹੈ ਪੈਟਰੋਲ ਤੇ 10 ਰੁਪਏ ਪ੍ਰਤੀ ਲੀਟਰ ਐਕਸਾਈਜ਼ ਡਿਊਟੀ ਅਤੇ ਡੀਜ਼ਲ ਤੇ 13 ਰੁਪਏ ਦਾ ਵਾਧਾ ਹੋਇਆ ਹੈ ਇਸ ਦੇ ਨਾਲ ਹੀ ਪੈਟਰੋਲ ਤੇ ਡੀਜ਼ਲ ਤੇ ਜੋ ਟੈਕਸ ਲਗਾਇਆ ਗਿਆ ਹੈ ਉਹ ਵੱਧ ਕੇ 69% ਹੋ ਗਿਆ ਹੈ ਜੋ ਦੁਨੀਆ ਦਾ ਸਭ ਤੋਂ ਵੱਧ ਹੈ ਸੋ ਅਗਲੀ ਖਬਰ ਜਿਹੜੀ ਆ ਰਹੀ ਹੈ ਜੀ ਘਰੇਲੂ ਹਿੰਸਾ ਦੇ ਵਿੱਚ ਵਾਧੇ ਦਾ ਸਮਾਨ ਘਰ ਘਰ ਭੇਜਣ ਦੇ ਬਰਾਬਰ ਹੈ ਪੰਜਾਬ ਸਰਕਾਰ ਦਾ ਠੇਕੇ ਖੋਲਣ ਦਾ ਫੈਸਲਾ ਸੋ ਪੰਜਾਬ ਸਰਕਾਰ ਦੁਆਰਾ ਸ਼ਰਾਬ ਦੇ ਠੇਕੇ ਖੋਲਣ ਦੇ ਫੈਸਲੇ ਖਿਲਾਫ ਸਿਰਾਂ ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਇਸਤਰੀ ਜਾਗਰਤੀ ਮੰਚ ਦੇ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕਰਦਿਆ ਕਿਹਾ ਗਿਆ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ ਸਮਾਜ ਅਤੇ ਔਰਤਾਂ ਵਿਰੋਧੀ ਕਰਾਰ ਦਿੰਦਾ ਹੈ ਇਸਤਰੀ ਜਾਗਰਤੀ ਮੰਚ ਦੀ ਸਕੱਤਰ ਅਮਨਦੀਪ ਕੌਰ ਅਤੇ ਆਗੂ ਸੁਮਨ ਪਟਿਆਲਾ ਨੇ ਕਿਹਾ ਕਿ ਸ਼ਰਾਬ ਦੇ ਠੇਕੇ ਖੋਲਣ ਤੇ ਫੈਸਲੇ ਤੋਂ ਸਰਕਾਰ ਦੀ ਸਮਾਜ ਅਤੇ ਲੋਕਾਂ ਪ੍ਰਤੀ ਜ਼ਿੰਮੇਵਾਰੀ ਦਾ ਪਤਾ ਲੱਗਦਾ ਹੈ ਜ਼ਿਲ੍ਹਾ ਐਸਐਸ ਨਗਰ ਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਹੋਈ 96 ਸੋ ਐਸਐਸ ਨਗਰ ਦੇ ਵਿੱਚ ਅੱਜ ਇੱਕ ਕਰੋਨਾ ਪੀੜਤ ਆਉਣ ਦੇ ਨਾਲ ਜ਼ਿਲ੍ਹੇ ਦੇ ਅੰਦਰ ਪੀੜਤ ਮਰੀਜ਼ਾਂ ਦੀ ਗਿਣਤੀ 96 ਹੋ ਗਈ ਆ ਇਸ ਦੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸਾਹਮਣੇ ਆਇਆ ਕਰੋਨਾ ਪੀੜਤ ਜੀਕਰਪੁਰ ਦਾ ਰਹਿਣ ਵਾਲਾ ਹੈ 17 ਮਈ ਤੋਂ ਅੱਗੇ ਵੀ ਵੱਧ ਸਕਦਾ ਹੈ ਕਰਫਿਊ ਕੈਪਟਨ ਨੇ ਦਿੱਤੇ ਸੰਕੇਤ ਪੰਜਾਬ ਦੇ ਵਿੱਚ ਵਾਇਰਸ ਦੇ ਕਾਰਨ ਲੱਗੇ ਕਰਫਿਊ ਦੀ ਮਿਆਦ 17 ਮਈ ਤੋਂ ਵੀ ਅੱਗੇ ਵੱਧ ਸਕਦੀ ਹੈ ਇਸ ਦੇ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਕ ਟੀਵੀ ਨਿਊਜ਼ ਚੈਨਲ ਨੂੰ ਇੰਟਰਵਿਊ ਦੇ ਦੌਰਾਨ ਸੰਕੇਤ ਦਿੱਤੇ ਤੇ ਸੂਬੇ ਦੇ ਵਿੱਚ ਕਰੋਨਾ ਵਾਇਰਸ ਦੀ ਮੌਜੂਦਾ ਸਥਿਤੀ ਦੇ ਬਾਰੇ ਗੱਲ ਕਰਦਿਆਂ ਉਹਨਾਂ ਨੇ ਕਿਹਾ ਕਿ 17 ਮਈ ਤੋਂ ਹਾਲ ਬਾਅਦ ਹਾਲਾਤਾਂ ਦੀ ਸਮੀਖਿਆ ਕੀਤੀ ਜਾਵੇਗੀ ਜੇਕਰ ਜ਼ਰੂਰੀ ਹੋਇਆ ਤਾਂ ਰਾਜ ਦੇ ਵਿੱਚ ਕੋਰੋਨਾ ਵਾਇਰਸ ਕਰਫਿਊ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਕਾਂਗਰਸੀ ਸਰਪੰਚ ਦਾ ਬੇਰਹਿਮੀ ਦੇ ਨਾਲ ਕਤਲ ਤੇਜ਼ ਤਾਰ ਹਥਿਆਰਾਂ ਦੇ ਨਾਲ ਕੀਤੇ ਕਈ ਵਾਰ ਸੋ ਲਾਕਡਾਊਨ ਦੇ ਵਿੱਚ ਵੀ ਕ੍ਰਾਈਮ ਦੀਆਂ ਘਟਨਾਵਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ ਪਟਿਆਲਾ ਦੀ ਇੱਕ ਦੇ ਵਿੱਚ ਕ੍ਰਾਈਮ ਦੀ ਘਟਨਾਵਾਂ ਦਿਨੋ ਦਿਨ ਵੱਧ ਰਹੀਆਂ ਹਨ ਇੰਜ ਲੱਗਦਾ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਪੁਲਿਸ ਦਾ ਖੌਫ ਖਤਮ ਹੁੰਦਾ ਜਾ ਰਿਹਾ ਹੈ ਉਹ ਬਿਨਾਂ ਕਿਸੇ ਡਰ ਤੋਂ ਅਜੇ ਹੀਆਂ ਕੰਟਨਾਵਾਂ ਨੂੰ ਅੰਜਾਮ ਦਿੰਦੇ ਹਨ ਅੱਜ ਪਟਿਆਲਾ ਦੇ ਨੇੜਲੇ ਪਿੰਡ ਪਾਸੇ ਆਣਾ ਵਿਖੇ ਭੁਪਿੰਦਰ ਸਿੰਘ ਜੋ ਕਿ 32 ਸਾਲਾਂ ਦੇ ਪਿੰਡ ਦਾ ਸਰਪੰਚ ਸੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਪੰਜਾਬ ਸਰਕਾਰ ਨਵੇਂ ਟੈਕਸ ਲਾਉਣ ਦੀ ਤਿਆਰੀ ਕਈ ਹੋਰ ਚੀਜ਼ਾਂ ਹੋਣਗੀਆਂ ਮਹਿੰਗੀਆਂ ਸੋ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਪੰਜਾਬ ਸਰਕਾਰ ਆਪਣੀ ਆਮਦਨੀ ਵਧਾਉਣ ਦੇ ਲਈ ਵੀਰਵਾਰ ਨੂੰ ਹੋਣ ਵਾਲੀ ਕੈਬਨਿਟ ਬੈਠਕ ਦੇ ਵਿੱਚ ਕੁਝ ਮਹੱਤਵਪੂਰਨ ਕਦਮ ਚੁੱਕ ਸਕਦੀ ਹੈ ਜੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਾਉਣ ਦੇ ਮਗਰੋਂ ਸਰਕਾਰ ਸ਼ਰਾਬ ਅਤੇ ਹੋਰ ਚੀਜ਼ਾਂ ਦੇ ਉੱਪਰ ਟੈਕਸ ਲਾ ਸਕਦੀ ਹੈ ਇਸ ਦਾ ਬੋਝ ਆਮ ਜਨਤਾ ਦੇ ਉੱਪਰ ਹੀ ਪਵੇਗਾ ਸੋ ਅਸੀਂ ਆਪਣੇ ਸ਼੍ਰੋਤਿਆਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਕੋਵਿਡ-19 ਦੇ ਚੱਲਦਿਆਂ ਦੇਸ਼ ਭਰ ਦੇ ਵਿੱਚ ਲਾਕਡਾਊਨ ਕਾਰਨ ਬੰਦ ਪਈ ਅਰਥਵਿਵਸਥਾ ਦੇ ਨਾਲ ਸਾਰੀਆਂ ਸਰਕਾਰਾਂ ਦੀ ਆਰਥਿਕ ਹਾਲਤ ਵਿਗੜ ਗਈ ਹੈ ਦੂਜੇ ਪਾਸੇ ਜੀਐਸਟੀ ਕਾਰਨ ਹੁਣ ਸੂਬਾ ਸਰਕਾਰਾਂ ਕੋਲੋਂ ਆਪਣੀ ਆਮਦਨੀ ਵਧਾਉਣ ਦੇ ਲਈ ਜਿਆਦਾ ਸਾਧਨ ਵੀ ਨਹੀਂ ਰਹੇ ਤੇ ਇਸੇ ਦਰਮਿਆਨ ਬਾਕੀ ਬਚੇ ਸਰੋਤਾਂ ਤੇ ਹੀ ਸਰਕਾਰ ਟੈਕਸ ਵਧਾਉਣ ਦੀ ਤਿਆਰੀ ਕਰ ਰਹੀ ਹੈ ਸੂਬਿਆਂ ਦੇ ਕੋਲੇ ਸ਼ਰਾਬ ਪੈਟਰੋਲ ਬਿਜਲੀ ਅਤੇ ਸਟੈਂਪ ਡਿਊਟੀ ਨੂੰ ਛੱਡ ਕੇ ਅਜਿਹੇ ਸਾਧਨ ਨਹੀਂ ਜਿੱਥੇ ਸਰਕਾਰ ਆਪਣਾ ਟੈਕਸ ਲਾ ਸਕੇ ਸੋ ਵਿੱਤ ਮੰਤਰੀ ਮਨਪ੍ਰੀਤ ਬਾਦਲ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਕੇਂਦਰ ਸਰਕਾਰ ਸੂਬਾ ਸਰਕਾਰ ਨੂੰ ਪਿਛਲੇ ਸਾਲ ਦਾ ਰੁਕਿਆ ਹੋਇਆ 44000 ਕਰੋੜ ਰੁਪਏ ਦਾ ਜੀਐਸਟੀ ਬਕਾਇਆ ਨਹੀਂ ਦੇ ਰਹੀ ਇਸ ਤੋਂ ਇਲਾਵਾ ਕੋਵਿਡ-19 ਦੇ ਨਾਲ ਲੜਨ ਦੇ ਲਈ ਕੇਂਦਰ ਨੇ ਸਿਰਫ 72 ਕਰੋੜ ਰੁਪਏ ਦੀ ਮਦਦ ਕੀਤੀ ਹੈ ਸੋ ਇੱਥੇ ਸ਼ਰੋਤਿਆਂ ਦੇ ਲਈ ਸਵਾਲ ਹੈ ਜੀ ਜੇ ਕੈਪਟਨ ਸਰਕਾਰ ਨਵੀਆਂ ਚੀਜ਼ਾਂ ਤੇ ਹੋਰ ਚੀਜ਼ਾਂ ਤੇ ਨਵੇਂ ਟੈਕਸ ਲਾ ਦਿੰਦੀ ਆ ਤੇ ਤੁਹਾਨੂੰ ਕੀ ਲੱਗਦਾ ਵੀ ਲਾਉਂਦੀ ਆ ਜਾਂ ਨਹੀਂ ਲਾਉਂਦੀ ਤੁਹਾਡੀ ਕੀ ਰਾਏ ਆ ਟਿੱਪਣੀ ਆ ਵੀ ਲਾਉਣੇ ਚਾਹੀਦੇ ਹਨ ਜਾਂ ਨਹੀਂ ਲਾਉਣੇ ਚਾਹੀਦੇ ਸੋ ਆਪਣੇ ਵਿਚਾਰ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਲਿਖੋ ਅਗਲੀ ਖਬਰ ਆ ਰਹੀ ਆ ਜੀ ਮੂਸੇ ਵਾਲੇ ਤੇ ਜੇ ਅਸਲਾ ਐਕਟ ਨਾ ਲਾਇਆ ਤਾਂ ਹਾਈ ਕੋਰਟ ਦੇ ਵਿੱਚ ਜਾਣਗੇ ਮੁੱਖੀ ਅਧਿਕਾਰ ਕਰਿੰਦੇ ਮੁੱਖ ਮੰਤਰੀ ਅਡੀਸ਼ਨਲ ਚੀਫ ਸੈਕਟਰੀ ਡੀਜੀਪੀ ਐਸਐਸਪੀ ਬਰਨਾਲਾ ਤੇ ਐਸਐਚਓ ਤਨੂਲਾ ਨੂੰ ਮਨੁੱਖੀ ਅੱਖਾਂ ਦੇ ਰੱਖਿਆ ਨੇ ਭੇਜੀ ਚਿੱਠੀ ਕਿਹਾ ਜੇ ਅਸਲਾ ਐਕਟ ਨਾ ਲਾਇਆ ਤਾਂ ਫਿਰ ਹਾਈ ਕੋਰਟ ਦੇ ਵਿੱਚ ਦਾਇਰ ਕਰਾਂਗੇ ਰਿਟ ਸੋ ਜ਼ਿਲ੍ਹੇ ਦੇ ਪਿੰਡ ਬੱਡਬਰਚੂ ਏਕੇ 47 ਦੇ ਨਾਲ ਕੁਝ ਦਿਨ ਪਹਿਲਾਂ ਲੋਕ ਗਾਇਕ ਸਿੱਧੂ ਮੂਸੇਵਾਲਾ ਦੇ ਵੱਲੋਂ ਕੀਤੀ ਫਾਇਰਿੰਗ ਦੀ ਹੁਣ ਗੂੰਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਤੱਕ ਵੀ ਸੁਣਵਾਈ ਦਊਗੀ ਇਹ ਚੇਤਾਵਨੀ ਭਰਿਆ ਪੱਤਰ ਮਨੁੱਖੀ ਹੱਕਾਂ ਦੇ ਰਾਖਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਹਾਕਮ ਸਿੰਘ ਪਰਵਿੰਦਰ ਸਿੰਘ ਕਿਤਾਨਾ ਆਦ ਨੇ ਜਾਣਕਾਰੀ ਦਿੱਤੀ ਅਗਲੀ ਖਬਰ ਆ ਰਹੀ ਹੈ ਜੀ ਫਿਰੋਜ਼ਪੁਰ ਦੀ ਸਬਜ਼ੀ ਮੰਡੀ ਨੂੰ ਨਹੀਂ ਲਾਗੂ ਹੋ ਸਕੇ ਪ੍ਰਸ਼ਾਸਨਿਕ ਹੁਕਮ ਜ਼ਿਲ੍ਹਾ ਫਿਰੋਜ਼ਪੁਰ ਦੀ ਸਬਜ਼ੀ ਮੰਡੀ ਵੇਖੀਏ ਤਾਂ ਲੱਗਦਾ ਹੈ ਕਿ ਲੋਕਾਂ ਨੂੰ ਸਬਜ਼ੀ ਦੇ ਨਾਲ-ਨਾਲ ਕਰੋਨਾ ਵੀ ਪ੍ਰੇਸ਼ ਰਹੀ ਕਿਉਂਕਿ ਇੱਥੇ ਗੱਗਾਂ ਦੁਕਾਨਦਾਰਾਂ ਤੇ ਆੜਤੀਆਂ ਦੇ ਵੱਲੋਂ ਸ਼ਰਿਆਮ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਤੇ ਮੰਡੀ ਦੇ ਵਿੱਚ ਇੱਕ ਦੂਜੇ ਤੋਂ ਦੂਰੀ ਬਣਾਈ ਰੱਖਣ ਦੇ ਡੀਸੀ ਫਿਰੋਜ਼ਪੁਰ ਦੇ ਹੁਕਮਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਉੱਥੇ ਹੀ ਕਰਫਿਊ ਦੇ ਚੱਲਦਿਆਂ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਸਰਦਾਰ ਕੁਲਵੰਤ ਸਿੰਘ ਦੇ ਵੱਲੋਂ ਦੁਕਾਨਾਂ ਤੇ ਮੰਡੀਆਂ ਦੇ ਖੁੱਲਣ ਨੂੰ ਲੈ ਕੇ ਵੱਖ-ਵੱਖ ਹੁਕਮ ਜਾਰੀ ਕੀਤੇ ਗਏ ਹਨ ਸੋ ਅਗਲੀ ਖਬਰ ਆ ਰਹੀ ਹੈ ਜੀ ਤਾਲਾਬੰਦੀ ਤੋਂ ਬਾਅਦ ਦੀ ਰਣਨੀਤੀ ਜੂ ਮੁੱਖ ਮੰਤਰੀ ਵੀ ਕੀਤੇ ਜਾਣ ਸ਼ਾਮਲ ਮੰਨਮੋਹਨ ਸਿੰਘ ਸੋ ਕਰੋਨਾ ਵਾਇਰਸ ਮਹਾਮਾਰੀ ਦੇ ਵਿੱਚਕਾਰ ਦੇਸ਼ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸੰਕਟ ਦੇ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸ ਸਸ਼ਾਸਤ ਰਾਜਾਂ ਦੇ ਮੁੱਖ ਮੰਤਰੀਆਂ ਦੇ ਨਾਲ ਗੱਲਬਾਤ ਕੀਤੀ ਇਸ ਮੀਟਿੰਗ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਮੰਨਮੋਹਨ ਸਿੰਘ ਵੀ ਮੌਜੂਦ ਸਨ ਉਹਨਾਂ ਨੇ ਮੁੱਖ ਮੰਤਰੀਆਂ ਨੂੰ ਸੁਝਾ ਦਿੱਤੇ ਹਨ ਤੇ ਮੋਹਨ ਮਨਮੋਹਨ ਸਿੰਘ ਨੇ ਕਿਹਾ ਕਿ 17 ਮਈ ਤੋਂ ਬਾਅਦ ਜੋ ਵੀ ਰਣਨੀਤੀ ਬਣਦੀ ਹੈ ਮੁੱਖ ਮੰਤਰੀਆਂ ਨੂੰ ਵੀ ਉਸ ਦੇ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤੇ ਮੀਟਿੰਗ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਮੁੱਖ ਮੰਤਰੀਆਂ ਨੂੰ ਕੇਂਦਰ ਸਰਕਾਰਾਂ ਨੂੰ ਵਾਰ-ਵਾਰ ਸਵਾਲ ਪੁੱਛਨੇ ਪੈਣਗੇ ਕਿ ਤਾਲਾਬੰਦੀ ਤੋਂ ਬਾਅਦ ਕਿਹੜੀ ਰਣਨੀਤੀ ਹੈ ਸਬਡਿਵੀਜ਼ਨ ਸੁਲਤਾਨਪੁਰ ਲੋਧੀ ਦੀ ਪੁਲਿਸ ਦੇ ਵੱਲੋਂ ਪੰਜ ਕਿਸਾਨਾਂ ਤੇ ਮਾਮਲਾ ਦਰਜ ਸਬਡਿਵੀਜ਼ਨ ਸੁਲਤਾਨਪੁਰ ਲੋਧੀ ਦੀ ਪੁਲਿਸ ਦੇ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਨੂੰ ਅੱਖੋ ਪਰੋਖੇ ਕਰਦਿਆ ਕਣਕ ਦੇ ਨਾੜ ਨੂੰ ਅੱਗ ਲਾਉਣ ਵਾਲੇ ਪੰਜ ਕਿਸਾਨਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਜੀ ਡੀਐਸਪੀ ਸਰਵਨ ਸਿੰਘ ਨੇ ਦੱਸਿਆ ਕਿ ਗੁਰਬੀਰ ਸਿੰਘ ਬਲਵਿੰਦਰ ਸਿੰਘ ਸੁਰਿੰਦਰ ਸਿੰਘ ਬਲਵਿੰਦਰ ਸਿੰਘ ਸੁਲਤਾਨਪੁਰ ਲੋਧੀ ਅਤੇ ਕੇਵਲ ਸਿੰਘ ਆਦ ਕਿਸਾਨਾਂ ਦੇ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ ਅਗਲੀ ਖਬਰ ਮੋਗਿਆ ਤੋ ਜਿੱਥੇ ਕਰੋਨਾ ਪੋਜ਼ਿਟਿਵ ਗਿਣਤੀ ਮਰੀਜ਼ਾਂ ਦੀ ਹੋਈ 55 ਸੋ ਇਹ ਜਾਣਕਾਰੀ ਸਿਵਲ ਸਰਜਨ ਡਾਕਟਰ ਜਸਵੰਤ ਸਿੰਘ ਨੇ ਦਿੱਤੀ ਸੋ ਦੋਸਤੋ ਇਹ ਸਨ ਸੂਬੇ ਪੰਜਾਬ ਦੀਆਂ ਇਸ ਵੇਲੇ ਦੀਆਂ ਆਮ ਅਤੇ ਖਾਸ ਖਬਰਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗਲੀ ਵੀਡੀਓ ਦੇ ਵਿੱਚ ਹੋਰ ਨਵੀਂ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ